ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ। ਕਸਬਾ ਅਲਗੋ ਕੋਠੀ ਵਿਖੇ 3 ਪ੍ਰਵਾਸੀ ਮਜ਼ਦੂਰਾਂ ਦੀ ਮੀਟ ਖਾਣ ਤੋਂ ਬਾਅਦ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਦੇ ਭਰਾ ਸਾਹਿਲ ਪੁੱਤਰ ਰੈਣ ਚੌਧਰੀ ਵਾਸੀ ਬਿਹਾਰ ਨੇ ਦੱਸਿਆ ਕਿ ਉਸਦਾ ਭਰਾ ਕੋਮਲ ਅਤੇ ਰਾਹੁਲ ਅਤੇ ਸੁਪਨ ਤਿੰਨੇ ਹੀ ਕਸਬਾ ਅਲਗੋ ਕੋਠੀ ਵਿਖੇ 2 ਸਾਲ ਤੋਂ ਇਕੱਠੇ ਹੀ ਕਮਰੇ ਵਿੱਚ ਕਿਰਾਏ 'ਤੇ ਰਹਿੰਦੇ ਸਨ ਅਤੇ POP ਦਾ ਕੰਮ ਕਰਦੇ ਸਨ। ਕੰਮ ਤੋਂ ਵਾਪਸ ਆ ਕੇ ਉਕਤ 3 ਵਿਅਕਤੀਆਂ ਨੇ ਮੀਟ ਬਣਾਈ, ਜਿਸ ਵਿੱਚ ਕੋਈ ਜ਼ਹਿਰੀਲੀ ਚੀਜ਼ ਮੀਟ ਦੇ ਨਾਲ ਰਿੱਝ ਗਈ, ਜਿਸਦਾ ਉਹਨਾਂ ਨੂੰ ਪਤਾ ਨਹੀਂ ਚੱਲਿਆ ਅਤੇ ਉਹਨਾਂ ਨੇ ਮੀਟ ਖਾ ਲਿਆ, ਜਿਸ ਕਾਰਨ ਕੋਮਲ ਅਤੇ ਸੁਪਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 3 ਵਿਅਕਤੀ ਰਾਹੁਲ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ। ਲੇਬਰ ਵਾਸਤੇ ਪ੍ਰਵਾਸੀ ਮਜ਼ਦੂਰ 3-4 ਜਣੇ ਰਹਿੰਦੇ ਸੀਗੇ ਅਤੇ ਇਹਨਾਂ ਨੇ ਰਾਤ ਕੋਈ ਆੜੇ ਹੁੰਦੇ ਆ ਮੁਰਗਿਆਂ ਦੇ ਪੋਂਚੇ ਵਗੈਰਾ ਇਹ ਬਣਾਏ ਆ, ਉਸ ਤਰ੍ਹਾਂ ਹੀ ਉਹ ਪਤੀਲੇ 'ਚ ਪਏ ਆ। ਜਾਂ ਤਾਂ ਕੋਈ ਕੋੜ ਕਿਰਲੀ ਉਹਦੇ 'ਚ ਰਿੱਝ ਗਈ ਆ ਜ਼ਹਿਰੀਲੀ, ਜਾਂ ਕੋਈ ਇਹੋ ਜਿਹਾ ਕਾਰਨ ਬਣਿਆ ਜਿਹੜਾ ਇਹ ਉਸ ਤਰ੍ਹਾਂ ਹੀ ਇਹਨਾਂ ਦੀਆਂ ਡੈੱਡ ਬੋਡੀਆਂ ਜਿਹੜੀਆਂ ਪਈਆਂ ਵਾ ਕੋਈ ਇਸੇ ਦੇ ਵਿੱਚ ਹੀ ਆ ਚੀਜ਼ ਉਹਨਾਂ ਅਸੀਂ ਕਬਜ਼ੇ 'ਚ ਲੈ ਲਈਆਂ ਵਾ। ਕਬਜ਼ੇ 'ਚ ਲੈ ਕੇ ਇਹਨਾਂ ਨੂੰ ਵੀ ਲੈਬੋਰਟਰੀ 'ਚ ਭੇਜਾਂਗੇ, ਇਹਨਾਂ ਦਾ ਪੋਸਟਮਾਰਟਮ ਕਰਵਾ ਕੇ ਅਤੇ ਇਹਨਾਂ ਦਾ ਜਿਹੜਾ ਮਿਹਦਾ ਵਾ ਉਹ ਉੱਥੇ ਜਾਊਗਾ ਲੈਬੋਰਟਰੀ ਦੇ ਵਿੱਚ, ਉਹਦੇ ਵਿੱਚ ਫਿਰ ਪਤਾ ਲੱਗੂਗਾ ਵੀ ਇਹਨਾਂ ਦੀ ਡੈੱਥ ਦਾ ਕਾਜ਼ ਆਫ ਡੈੱਥ ਕੀ ਹੈ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।